ਬਹੁਤ ਸਾਰਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹੋ ਤੁਸੀਂ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਨੌਜਵਾਨ ਕੌਣ ਸੀ ਪਹਿਲਾਂ ਤਾਂ ਦੇਖਦੇ ਸੀ ਜਦੋਂ ਇੰਜ ਲੱਗਦਾ ਸੀ ਕਿ ਦਲਜੀਤ ਦਾ ਕੋਈ ਕਰੀਬੀ ਹੈ ਦਲਜੀਤ ਦਾ ਕੋਈ ਦੋਸਤ ਹੋਏਗਾ ਕਈ ਵਾਰ ਤਾਂ ਇਹ ਵੀ ਸਟੇਜ ਦੇ ਉੱਤੇ ਤੁਸੀਂ ਭੰਗੜਾ ਵੀ ਪਾਇਆ ਉਹ ਫੋਟੋ ਵੀ ਇੱਕ ਕਾਫੀ ਵਾਇਰਲ ਹੋ ਰਹੀ ਹੈ ਕਈਆਂ ਨੂੰ ਤਾਂ ਇਹ ਲੱਗ ਰਿਹਾ ਕਿ ਦਲਜੀਤ ਆਪ ਹੈ ਬਹੁਤ ਜ਼ਿਆਦਾ ਕਾਇੰਡ ਨੇ ਅਤੇ ਜਿਵੇਂ ਬਹੁਤ ਪੋਜ਼ਿਟਿਵ ਆ ਸੋ ਜਦੋਂ ਅਸੀਂ ਘਰੋਂ ਤੁਰੇ ਸੀਗੇ ਮੇਰੀ ਬਸ ਇੱਕੋ ਹੀ ਅਰਦਾਸ ਸੀਗੀ ਕਿ ਮੇਰੇ ਵੱਲ ਦੇਖ ਲੈਣ ਮੈਂ ਤਾਂ ਜਦੋਂ ਇੱਕ ਵਾਰ ਸ਼ੁਰੂ ਨੂੰ ਦੇਖਿਆ ਸੀ ਮੈਨੂੰ ਮੈਂ ਉਦੋਂ ਵੀ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀਗਾ ਤੇ ਜਦੋਂ ਇਹ ਅੱਗੇ ਗਿਆ ਤੇ ਫਿਰ ਉਹਨਾਂ ਦਾ ਕੋਈ ਟੀਮ ਮੈਂਬਰ ਆ ਕੇ ਇਹਨੂੰ ਚੱਕ ਕੇ ਕਿਵੇਂ ਲੈ ਗਿਆ ਉਹ ਤੇ ਪਤਾ ਹੀ ਨਹੀਂ ਲੱਗਾ ਮੈਂ ਤੇ ਉਦੋਂ ਹੀ ਦੇਖਿਆ ਜਦੋਂ ਇਹ ਸਟੇਜ ਤੇ ਸਿੱਧਾ ਭੰਗੜਾ ਪਾਉਂਦਾ ਐਂਟਰ ਹੋਇਆ ਇੱਥੇ ਐਮਐਲਮਾ ਦੇ ਵਿੱਚ ਉਦਾਂ ਜਿਹੜੇ ਇਵੈਂਟ ਹੁੰਦੇ ਰਹਿੰਦੇ ਨੇ ਮੈਂ ਇਹਨਾਂ ਨੂੰ ਭੈਣ ਭਰਾਵਾਂ ਨੂੰ ਲੈ ਕੇ ਜਾਂਦੀ ਹਾਂ ਤਾਂ ਕਿ ਇਹਨਾਂ ਦਾ ਕੌਨਫੀਡੈਂਸ ਬੂਸਟ ਹੋਵੇ ਤੇ ਕਲਚਰ ਨਾਲ ਜੁੜੇ ਹੋਏ ਨੇ ਬਾਕੀ ਦੋਨਾਂ ਬੱਚਿਆਂ 'ਚ ਸ਼ੌਂਕ ਵੀ ਹੈਗਾ ਨਾ ਭੰਗੜਾ ਪਾਉਣ ਦਾ ਤੇ ਜਾਂਦੇ ਰਹਿੰਦੇ ਹਾਂ ਬਟ ਆਹ ਸਟੇਜ ਤਾਂ ਜਿਹੜੀ ਸੀਗੀ ਤੇ ਮੈਨੂੰ ਲੱਗਦਾ ਵੀ ਲਾਈਫ ਦਾ ਬੈਸਟ ਐਕਸਪੀਰੀਅੰਸ ਹੈ ਵਰ ਤੇ ਐਡੀ ਵੱਡੀ ਸਟੇਜ ਤਾਂ ਕਦੇ ਹੋਈ ਨਹੀਂ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਜੋ ਕਿ ਅੱਜ ਬੁਲੰਦੀਆਂ ਹਾਸਲ ਕਰੀ ਬੈਠੇ ਨੇ ਤਾਂ ਉਹਨਾਂ ਦੇ ਅਜਿਹੇ ਫੈਨ ਨੇ ਕਿ ਉਹ ਸੋਚਦੇ ਨੇ ਜਿੱਥੇ ਵੀ ਸਾਨੂੰ ਮਿਲ ਜਾਣ ਸਾਨੂੰ ਭਾਵੇਂ ਆਟੋਗ੍ਰਾਫ ਹੀ ਉਹਨਾਂ ਦੇ ਮਿਲ ਜਾਵੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲਈਏ ਸੰਤੁਸ਼ਟ ਹੋ ਜਾਈਏ ਪਰ ਕਈ ਵਾਰ ਜਦੋਂ ਛੋਟੇ ਫੈਨ ਮਿਲਦੇ ਨੇ ਪਰ ਉਹ ਫੈਨ ਉਮਰ ਦੇ ਵਿੱਚ ਛੋਟੇ ਹੁੰਦੇ ਨੇ ਪਰ ਅਸਲ ਦੇ ਵਿੱਚ ਦਿਲੋਂ ਉਹ ਬਹੁਤ ਵੱਡੇ ਫੈਨ ਹੁੰਦੇ ਨੇ ਬੀਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਆਪਾਂ ਤਸਵੀਰਾਂ ਦੇਖੀਆਂ ਕਿ ਕਿਸ ਤਰੀਕੇ ਦੇ ਨਾਲ ਵਾਇਰਲ ਹੋ ਰਹੀਆਂ ਸੀਗੀਆਂ ਦਲਜੀਤ ਦੋਸਾਂਝ ਹੋਰਾਂ ਦਾ ਇੱਕ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਇੱਕ ਛੋਟਾ ਬੱਚਾ ਜੋ ਕਿ ਚਿੱਟਾ ਚਾਦਰਾ ਕੁੜਤਾ ਤਾਂ ਚਿੱਟੀ ਪੱਗ ਬੰਨ੍ਹ ਕੇ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਹੁੰਦਾ ਤਾਂ ਦਲਜੀਤ ਦੀ ਨਜ਼ਰ ਪੈਂਦੀ ਹੈ ਉਹਨੂੰ ਬੁਲਾਉਂਦਾ ਸਟੇਜ ਦੇ ਉੱਤੇ ਉਸਨੂੰ ਦਸਤਾਨੇ ਦਿੰਦਾ ਜੈਕਟ ਦਿੰਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਭ ਤੋਂ ਵੱਡਾ ਨੂੰ ਜੱਫੀ ਪਾਈ ਜਾਂਦੀ ਹੈ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਕਿਉਂਕਿ ਦੋਸਾਂਝਾਂ ਵਾਲਿਆਂ ਦਾ ਨਾਮ ਪੂਰਾ ਪੰਜਾਬ ਪੂਰਾ ਵਰਲਡ ਜਾਣਦਾ ਤਾਂ ਨਾਮ ਇਸ ਕਰਕੇ ਮਸ਼ਹੂਰ ਹੋਇਆ ਤਾਂ ਉਹਦੇ ਫੈਨ ਬਹੁਤ ਸਾਰੇ ਨੇ ਅੱਜ ਉਸੇ ਫੈਨ ਨੂੰ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਐਸ਼ਮਨ ਸਿੰਘ ਸਿੱਧੂ ਜੋ ਕਿ ਬਾਹਰਲੀ ਧਰਤੀ ਦੇ ਉੱਤੇ ਬੈਠਾ ਹੋਇਆ ਅਤੇ ਉਹਨਾਂ ਦੇ ਮਾਤਾ ਪਿਤਾ ਮਾਤਾ ਜਸਵੀਰ ਕੌਰ ਅਤੇ ਪਿਤਾ ਰਮਨਦੀਪ ਸਿੰਘ ਸਿੱਧੂ ਇਹ ਬਾਹਰਲੀ ਧਰਤੀ ਦੇ ਉੱਤੇ ਨੇ ਤਾਂ ਅੱਜ ਸਾਡੇ ਨਾਲ ਔਨਲਾਈਨ ਸਕਾਈਪ ਦੇ ਉੱਤੇ ਜੁੜੇ ਹੋਏ ਨੇ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਮੁਕਾਮ ਹਾਸਲ ਹੋਇਆ ਦਲਜੀਤ ਨੂੰ ਮਿਲਣ ਦਾ ਉਹ ਚੀਜ਼ਾਂ ਇਹ ਚੀਜ਼ਾਂ ਪ੍ਰਾਪਤ ਹੋਈਆਂ ਤਾਂ ਸਭ ਤੋਂ ਪਹਿਲਾਂ ਮੈਮ ਤੇ ਐਸ਼ਮਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਪਹਿਲਾਂ ਐਸ਼ਮਨ ਤੁਹਾਡੇ ਤੋਂ ਸ਼ੁਰੂਆਤ ਕਰਾਂਗਾ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਦਲਜੀਤ ਦਾ ਪ੍ਰੋਗਰਾਮ ਹੈ ਤੁਹਾਡੇ ਸ਼ਹਿਰ ਦੇ ਵਿੱਚ ਮੈਲਬੋਰਨ ਦੇ ਵਿੱਚ ਤਾਂ ਫਿਰ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਆਇਆ ਸੀਗਾ ਤੇ ਜਦੋਂ ਤੁਹਾਨੂੰ ਇਹ ਚੀਜ਼ਾਂ ਸਾਰਾ ਕੁਝ ਪਲਾਨ ਕੀ ਬਣਿਆ ਫਿਰ ਸੋ ਜਦੋਂ ਮੈਨੂੰ ਪਤਾ ਚੱਲਿਆ ਸੀਗਾ ਵੀ ਮੇਰੇ ਭੰਗੜਾ ਅਕੈਡਮੀ ਜੀ ਅਸੀਂ ਭੰਗੜਾ ਅਕੈਡਮੀ ਮੈਲਬੋਰਨ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਤੇ ਜਾਣਗੇ ਪਰਫਾਰਮ ਕਰਨ ਤੇ ਮੈਨੂੰ ਪਤਾ ਚੱਲਿਆ ਸੀਗਾ ਵੀ ਬੱਚੇ ਨਹੀਂ ਜਾ ਸਕਦੇ ਤੇ 18 ਪਲੱਸ ਆ ਉਦੋਂ ਮੈਂ ਬਹੁਤ ਜ਼ਿਆਦਾ ਸੈਡ ਹੋਇਆ ਸੀਗਾ ਤੇ ਮੈਂ ਰੋਈ ਜਾਂਦਾ ਸੀ ਪਰ ਫਿਰ ਮੰਮਾ ਨੇ ਸਾਨੂੰ ਜਮ੍ਹਾਂ ਅੱਗੇ ਵਾਲੀਆਂ ਸੀਟਾਂ ਲੈ ਤੀਆਂ ਤੇ ਮੈਨੂੰ ਬਹੁਤ ਸੋਹਣੇ ਕੱਪੜੇ ਪਵਾ ਕੇ ਲੈ ਕੇ ਗਏ ਸੀਗੇ ਕੁੜਤਾ ਚਾਦਰਾ ਤੇ ਨਾਲ ਫੜਲੇ ਵਾਲੀ ਪੱਗ ਤੇ ਫਿਰ ਲੱਕਲੀ ਉੱਥੇ ਜਾ ਕੇ ਦਲਜੀਤ ਭਾਜੀ ਨੇ ਮੈਨੂੰ ਦੇਖ ਲਿਆ ਤੇ ਸਟੇਜ ਤੇ ਬੁਲਾ ਲਿਆ ਤੇ ਮੈਨੂੰ ਗਿਫਟਸ ਵੀ ਦਿੱਤੇ ਸੀਗੇ ਬਹੁਤ ਸਾਰਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹੋ ਤੁਸੀਂ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਨੌਜਵਾਨ ਕੌਣ ਸੀ ਪਹਿਲਾਂ ਤਾਂ ਦੇਖਦੇ ਸੀ ਜਦੋਂ ਇੰਝ ਲੱਗਦਾ ਸੀ ਕਿ ਦਲਜੀਤ ਦਾ ਕੋਈ ਕਰੀਬੀ ਹੈ ਦਲਜੀਤ ਦਾ ਕੋਈ ਦੋਸਤ ਹੋਏਗਾ ਕਈ ਵਾਰ ਤਾਂ ਇਹ ਵੀ ਸਟੇਜ ਦੇ ਉੱਤੇ ਤੁਸੀਂ ਭੰਗੜਾ ਵੀ ਪਾਇਆ ਉਹ ਫੋਟੋ ਵੀ ਇੱਕ ਕਾਫੀ ਵਾਇਰਲ ਹੋ ਰਹੀ ਹੈ ਕਈਆਂ ਨੂੰ ਤਾਂ ਇਹ ਲੱਗ ਰਿਹਾ ਕਿ ਦਲਜੀਤ ਆਪ ਹੈ ਹਾਂਜੀ ਪਰ ਸਾਡਾ ਕੁਝ ਪਲਾਨ ਨਹੀਂ ਸੀਗਾ ਸਭ ਕੁਝ ਉੱਥੇ ਜਾ ਕੇ ਹੋਇਆ
फिर हुण किन्नी क खुशी सीगी उस वेले जदों दलजीत ने तुहानू बुला लिया ते तुहानू बहुत सारी चीज़ां भी दित्तियां स्टेज दे सी देख रहे सी ओ की कुछ दित्ता ते खुशी किन्नी सी। मैं सब तो पहले तो बहुत बहुत ज्यादा खुश सीगा, मैं वर्ड्स विच दस नहीं सकता कि मैं किन्ना ज्यादा एक्साइटेड सीगा। ते नाल मैनू एक कोटी दित्ती सी, आपदे ग्लव्स दित्ते सीगे ते नाल एक आपदी वेस्ट भी दित्ती सी। ओके मतलब ਤੁਸੀਂ ਉਹਨਾਂ ਦੇ ਕੱਟੜ ਫੈਨ ਸੀਗੇ, ਉਹਨਾਂ ਕੋਲ ਪਹੁੰਚੇ, ਤੁਹਾਨੂੰ ਪਿਆਰ ਵੀ ਕੀਤਾ, ਪੱਗ ਬਾਰੇ ਵੀ ਤੁਹਾਡੀ ਕੁਝ ਕਿਹਾ ਸੀ ਵੀ ਪੱਗਾਂ ਬਚਾਈਆਂ ਹੋਈਆਂ ਨੇ। ਹਾਂਜੀ ਉਹਨਾਂ ਨੇ ਪੁੱਛਿਆ ਵੀ ਸੀਗਾ ਵੀ ਕਿਹਦੇ ਪੱਗ ਬੰਨੀ ਆ, ਮੈਥੋਂ ਐਕਸਾਈਟਮੈਂਟ ਵਿੱਚ ਕਿਹਾ ਕਿ ਅਸੀਂ ਡੈਡੀ ਨੇ ਬੰਨੀ ਆ, ਪਰ ਸਪੈਸ਼ਲ ਬਣਵਾਈ ਸੀਗੀ ਕਿਸੇ ਤੋਂ ਕਿਉਂਕਿ ਸਾਨੂੰ ਪਤਾ ਸੀ ਪਰਫੈਕਸ਼ਨ ਵਾਲੀ ਪੱਗ ਚਾਹੀਦੀ ਆ, ਤਾਂ ਹੀ ਅਸੀਂ ਕਿਸੇ ਤੋਂ ਬਣਵਾ ਕੇ ਲੈ ਕੇ ਗਏ ਸੀਗੇ। ਓਕੇ ਓਕੇ ਹੁਣ ਤੱਕ ਕੀ ਸੋਚਿਆ ਹੋਇਆ ਸੀ ਤੁਸੀਂ, ਕੱਟੜ ਫੈਨ ਸੀ ਦਲਜੀਤ ਦੇ ਜਾਂ ਫਿਰ ਇਹ ਸਬੱਬੀ ਬਣਿਆ ਵੀ ਦਲਜੀਤ ਆ ਰਹੇ ਨੇ ਉਹਨਾਂ ਨੂੰ ਮਿਲਣਾ ਹੈ? ਨਹੀਂ ਅਸੀਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਵੱਡੇ ਫੈਨ ਆ ਤੇ ਸਿਰਫ ਦਲਜੀਤ ਭਾਜੀ ਦੇ ਗਾਣੇ ਸੁਣਦੇ ਆ ਜਾਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਆ। ਓਕੇ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਤੁਹਾਨੂੰ ਭੰਗੜੇ ਦਾ ਕਾਫੀ ਜ਼ਿਆਦਾ ਸ਼ੌਂਕ ਹੈ, ਸਿੰਗਿੰਗ ਦਾ ਕਾਫੀ ਜ਼ਿਆਦਾ ਸ਼ੌਂਕ ਹੈ, ਐਕਟਿੰਗ ਵੀ ਤੁਸੀਂ ਕਰਦੇ ਹੋ, ਇਹ ਦਲਜੀਤ ਨੂੰ ਦੇਖ ਦੇਖ ਕੇ ਸਾਰਾ ਕੁਝ ਕੀਤਾ ਤੁਸੀਂ ਆਪਣੇ ਦੇ ਵਿੱਚ ਸੁਧਾਰ? ਹਾਂਜੀ ਮੈਨੂੰ ਜਦੋਂ ਮੈਂ ਪਹਿਲਾਂ ਦੇਖਦਾ ਸੀਗਾ ਮੈਨੂੰ ਬਹੁਤ ਵਧੀਆ ਲੱਗਦੇ ਸੀਗੇ ਤੇ ਮੈਂ ਵੀ ਚਾਹੁੰਦਾ ਸੀਗਾ ਵੀ ਮੈਂ ਉਹੇ ਜਿਹਾ ਇਨਸਾਨ ਬਣਾ ਤੇ ਜਦ ਮੈਂ ਮਿਲਿਆਂਗਾ ਉਹਨਾਂ ਨੂੰ ਸਟੇਜ ਤੇ ਮੈਂ ਹੁਣ ਸਿਰਫ ਉਹਨਾਂ ਵਾਂਗੂ ਐਕਟਿੰਗ ਜਾਂ ਸਿੰਗਿੰਗ ਨਹੀਂ ਕਰਨਾ ਚਾਹੁੰਦਾ, ਮੈਂ ਉਹਨਾਂ ਵਰਗਾ ਹਿਊਮਨ ਬੀਂਗ ਵੀ ਬਣਨਾ ਚਾਹੁੰਦਾ ਗਾ ਕਿਉਂਕਿ ਉਹ ਬਹੁਤ ਜ਼ਿਆਦਾ ਕਾਇੰਡ ਨੇ ਤੇ ਜਿਵੇਂ ਬਹੁਤ ਪੋਜ਼ਿਟਿਵ ਆ। ਮਤਲਬ ਤੁਹਾਨੂੰ ਉੱਥੇ ਅਹਿਸਾਸ ਹੋ ਗਿਆ ਕਿ ਦਲਜੀਤ ਕਿੰਨਾ ਧਰਤੀ ਨਾਲ ਤੇ ਆਪਣੇ ਲੋਕਾਂ ਨਾਲ ਜੁੜਿਆ ਹੋਇਆ, ਤੇ ਤੁਹਾਨੂੰ ਲੱਗਦਾ ਸੀ ਕਿ ਦਲਜੀਤ ਮਿਲ ਪਾਏਗਾ ਕਿ ਨਹੀਂ ਮਿਲ ਪਾਏਗਾ ਕਦੇ ਤੁਹਾਨੂੰ? ਸੋ ਜਦੋਂ ਅਸੀਂ ਘਰੋਂ ਤੁਰੇ ਸੀਗੇ ਮੇਰੀ ਬਸ ਇੱਕੋ ਹੀ ਅਰਦਾਸ ਸੀਗੀ ਕਿ ਮੇਰੇ ਵੱਲ ਦੇਖ ਲੈਣ, ਮੈਂ ਤਾਂ ਜਦੋਂ ਇੱਕ ਵਾਰ ਸ਼ੁਰੂ ਦੇਖਿਆ ਸੀ ਮੈਨੂੰ ਮੈਂ ਉਦੋਂ ਵੀ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀਗਾ। ਤਾਂ ਦੋਸਤ ਫਿਰ ਨਾਲ ਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ, ਪੰਜਾਬ ਤੋਂ ਕੋਈ ਕਾਲ ਆ ਰਹੀ ਹੈ ਤੁਹਾਡੇ ਸ਼ਹਿਰ ਤੋਂ ਇੱਥੋਂ? ਹਾਂਜੀ ਮੈਨੂੰ ਬਹੁਤ ਜ਼ਿਆਦਾ ਕਾਲਾਂ ਆ ਰਹੀਆਂ ਹੁੰਦੀਆਂ ਤੇ ਸਾਰੇ ਕਹਿੰਦੇ ਆ ਵੀ ਮੈਂ ਵਾਇਰਲ ਹੋ ਗਿਆ। ਵਾਇਰਲ ਹੋ ਗਏ ਕੀ ਕਹਿੰਦੇ ਸਕੂਲ ਵਾਲੇ ਵੀ, ਕੀ ਕੁਛ ਕਹਿ ਰਹੇ ਆ ਦੋਸਤ ਮਿੱਤਰ? ਹਾਂਜੀ ਮੇਰੇ ਸਕੂਲ ਵਾਲੇ ਵੀ ਕਹਿੰਦੇ ਆ ਵੀ ਤੂੰ ਬਹੁਤ ਵਧੀਆ ਲੱਗ ਰਿਹਾ ਸੀਗਾ ਸਟੇਜ ਤੇ ਤੇ ਕੀਪੇ ਦਾ। ਨਹੀਂ ਬਾਕੀ ਬਹੁਤ ਸੋਹਣੇ ਲੱਗ ਰਹੇ ਸੀਗੇ। ਮੈਮ ਤੁਸੀਂ ਵੀ ਨਾਲ ਬੈਠੇ ਹੋ, ਤੁਹਾਡੇ ਬੱਚੇ ਨੂੰ ਤੁਸੀਂ ਇਸ ਤਰੀਕੇ ਨਾਲ ਪੱਗ ਦੇ ਨਾਲ ਪਹਿਰਾਵੇ ਦੇ ਨਾਲ, ਪਹਿਲੀ ਖਾਸ ਗੱਲ ਹੈ ਕਿ ਜਨਮ ਉੱਥੇ ਜਾ ਕੇ ਹੋਇਆ ਕਿਉਂਕਿ ਆਮ ਤੌਰ 'ਤੇ ਵਿਸਰ ਜਾਂਦੇ ਆ ਬੱਚੇ ਪੰਜਾਬੀ ਤੋਂ, ਤੁਸੀਂ ਪੰਜਾਬੀ ਨਾਲ ਵੀ ਜੁੜਿਆ ਹੋਇਆ, ਇਹ ਸਾਰੀਆਂ ਚੀਜ਼ਾਂ ਕਿਵੇਂ ਸੰਭਾਲੀਆਂ ਹੋਈਆਂ ਨੇ ਅਤੇ ਇੰਨਾ ਬੱਚੇ ਨੂੰ ਜੋੜ ਕੇ ਰੱਖਿਆ ਹੋਇਆ ਪੰਜਾਬ ਦੇ ਨਾਲ? ਇਹ ਕਹਿ ਲਓ ਜੀ ਵਾਹਿਗੁਰੂ ਵੱਲੋਂ ਮਿਹਰ ਸਮਝ ਲਓ, ਹਨਾ, ਸਾਨੂੰ ਬਲੈਸਿੰਗਸ ਹੀ ਮਿਲ ਗਈਆਂ ਇੱਕ ਤਰ੍ਹਾਂ ਨਾਲ ਹੁਣ ਦਿਲਜੀਤ ਭਾਜੀ ਤੋਂ ਵੀ, ਤੇ ਇਹਦੀ ਪੱਗ ਦੀ ਜਿਹੜੀ ਰਿਸਪੈਕਟ ਹੋਈ ਆ ਉਹਦਾ ਤਾਂ ਦੇਣ ਦੇਣਾ ਔਖਾ। ਤੇ ਇਹ ਛੋਟਾ ਹੁੰਦਾ ਹੀ ਪਹਿਲੇ ਮਤਲਬ ਜਿਵੇਂ 4-5 ਸਾਲ ਦਾ ਹੀ ਸੀ ਜਦੋਂ ਇਹਨੇ ਪੱਗ ਬੰਨਣੀ ਸ਼ੁਰੂ ਕਰਤੀ ਸੀ, ਤੇ ਜਦੋਂ ਇਹਨੇ ਸਟਾਰਟਿੰਗ ਦੇ ਵਿੱਚ ਜਦੋਂ ਭੰਗੜਾ ਅਕੈਡਮੀ ਜੁਆਇਨ ਕੀਤੀ ਤੇ ਪਹਿਲੇ ਦਿਨ ਭੰਗੜਾ ਅਕੈਡਮੀ ਦੇ ਵਿੱਚ ਗਿਆ, ਪੱਗ ਬੰਨ ਕੇ ਗਿਆ ਸੀ, ਉੱਥੇ ਮਤਲਬ ਸਾਰੇ ਬੱਚੇ ਪੇਰੈਂਟਸ ਇਹਦੇ ਵੱਲ ਵੇਖ ਰਹੇ ਸੀ ਕਿ ਛੋਟੇ ਜਿਹੇ ਬੱਚੇ ਦੀ ਪੱਗ ਬੰਨੀ ਹੋਈ ਆ। ਤੇ ਉਹ ਅਸਲ ਚ ਪੱਗ ਦਾ ਸਬੱਬ ਏਦਾਂ ਬਣਿਆ ਕਿ ਮੇਰੇ ਮੰਮਾ ਨੇ ਸਾਨੂੰ ਮਤਲਬ ਇੰਡੀਆ ਗਿਆ ਨੂੰ ਪੱਗ ਗਿਫਟ ਦਿੱਤੀ ਕਿ ਉਹ ਕਹਿੰਦੇ ਕਿ ਐਸ਼ਵਨ ਪਹਿਲੀ ਵਾਰ ਆਇਆ ਆਪਣੇ ਨਾਨਕੀ ਤੇ ਮਤਲਬ ਇਹਦੇ ਨਾਨੀ ਜੀ ਨੇ ਪੱਗ ਦਿੱਤੀ ਸੀ। ਸੋ ਉਹ ਮੈਂ ਸੰਭਾਲ ਕੇ ਰੱਖੀ ਹੋਈ ਸੀ ਕਿ ਜਦੋਂ ਵੱਡਾ ਹੋ ਗਿਆ ਤੇ ਮੈਂ ਇਹਦੇ ਜ਼ਰੂਰ ਬੰਨੂ, ਤੇ ਜਦੋਂ ਅਸੀਂ ਇਹਦੇ ਪੱਗ ਬੰਨੀ ਤੇ ਸੋਹਣਾ ਹੀ ਇੰਨਾ ਲੱਗਿਆ ਤੇ ਮੈਂ ਮਤਲਬ ਉਦੋਂ ਬਸ ਇਹੀ ਅਰਦਾਸ ਕੀਤੀ ਕਿ ਕਾਸ਼ ਇਹ ਜ਼ਿੰਦਗੀ 'ਚ ਹਮੇਸ਼ਾ ਪੱਗ ਬੰਨ ਕੇ ਰੱਖੀ, ਹੈ ਨਾ। ਤੇ ਕਿੰਨੇ ਸਾਲ ਹੋ ਗਏ ਜਿਵੇਂ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਅਸੀਂ, ਤੇ ਇਹ ਖੁਦ ਇਹ ਕਹਿ ਦਿੰਦਾ ਕਿ ਮੰਮਾ ਪੱਗ ਤੋਂ ਬਿਨਾਂ ਮੈਂ ਇਨਕੰਪਲੀਟ ਲੱਗਦਾ, ਤੇ ਕਿਤੇ ਵੀ ਜਾਂਦੇ ਹਾਂ ਬਾਹਰ ਤੇ ਇਹ ਬਿਨਾਂ ਪੱਗ ਤੋਂ ਜਾਂਦਾ ਨਹੀਂ। ਤੇ ਹੁਣ ਜਿਹੜਾ ਇਹਦੀ ਪੱਗ ਦੀ ਇੰਨੀ ਰਿਸਪੈਕਟ ਤੇ ਇਹਨੂੰ ਆਦਰ ਸਤਿਕਾਰ ਮਿਲਿਆ ਉਹਦੇ ਕਹਿਣ ਸੁਣਨ ਤੋਂ ਪਰੇ ਆ, ਤੇ ਮੈਨੂੰ ਲੱਗਦਾ ਜੇ ਮੇਰਾ ਬੱਚਾ ਪੱਗ ਨਾ ਬੰਨਦਾ ਹੁੰਦਾ ਸ਼ਾਇਦ ਉਸ ਸਟੇਜ ਤੇ ਨਾ ਹੁੰਦਾ ਜਿੱਥੇ ਸੀਗਾ। ਹਾਂਜੀ ਤੁਸੀਂ ਵੀ ਸਾਰੇ ਦਲਜੀਤ ਨੂੰ ਮਿਲੇ ਉਸ ਵਕਤ ਜਦੋਂ ਇਹਨਾਂ ਨੂੰ ਬੁਲਾਇਆ ਗਏ, ਤੁਸੀਂ ਕੋਈ ਗੱਲਬਾਤ ਕੀਤੀ? ਨਹੀਂ ਵੀ ਜੀ, ਉਹ ਤੇ ਮਤਲਬ ਸਟਿਲ ਨਾ ਹਾਲੇ ਵੀ ਇੱਕ ਇੱਕ ਮੂਵਮੈਂਟ ਯਾਦ ਕਰਕੇ ਮਤਲਬ ਇਦਾਂ ਲੱਗ ਰਿਹਾ
ਕਿ ਉਹ ਕਿਵੇਂ ਹੋ ਗਿਆ ਵੀ ਲਾਈਕ ਇਟਸ ਵਾਸ ਮੈਜਿਕ ਮੂਵਮੈਂਟ ਫਾਰ ਅਸ ਹਨਾ ਕਿਉਂਕਿ ਪਹਿਲੀ ਗੱਲ ਤੇ ਇੰਨਾ ਜ਼ਿਆਦਾ ਤਾਂ ਇਮੇਜਿਨ ਕੀਤਾ ਨਹੀਂ ਸੀ ਕਦੇ ਵੀ ਇੱਕ ਹੋਪ ਸਾਨੂੰ ਜ਼ਰੂਰ ਸੀਗੀ ਪਤਾ ਨਹੀਂ ਕਿਉਂ ਇੰਨੀ ਪੋਜ਼ਿਟਿਵਿਟੀ ਸੀ ਅਸੀਂ ਵਾਰ ਵਾਰ ਇੱਕ ਦੂਜੇ ਨੂੰ ਇਹ ਮੈਨੂੰ ਹੌਸਲਾ ਦੇ ਰਿਹਾ ਸੀ ਮੈਂ ਇਹਨੂੰ ਕਿ ਹਾਂ ਮਤਲਬ ਕਿਤੇ ਨਾ ਕਿਤੇ ਭਾਜੀ ਤੈਨੂੰ ਜ਼ਰੂਰ ਵੇਖਣਗੇ ਕਿਉਂਕਿ ਮੈਂ ਵੀ ਬਹੁਤ ਮਤਲਬ ਪੋਜ਼ਿਟਿਵ ਸੀਗੀ ਹਨਾ ਤੇ ਬਾਕੀ ਜਦੋਂ ਅਸੀਂ ਉੱਥੇ ਪਹੁੰਚ ਗਏ ਤੇ ਇੰਨੀ ਕਰਾਊਡ ਦੇ ਵਿੱਚ ਵੇਖਿਆ ਕਿ ਕਿਸੇ ਵੀ ਬੱਚੇ ਦਾ ਇੱਦਾਂ ਦਾ ਗੈਟਅਪ ਹੈ ਨਹੀਂ ਸੀ ਜਿੱਦਾਂ ਦਾ ਮੈਂ ਇਹਨੂੰ ਤਿਆਰ ਕਰਕੇ ਲੈ ਕੇ ਗਈ ਸੀ ਉੱਥੇ ਜਾ ਕੇ ਹੋਰ ਹੋਪ ਹੋ ਗਈ ਕਿ ਯੈਸ ਕਿਤੇ ਨਾ ਕਿਤੇ ਭਾਜੀ ਦੀ ਨਿਗਾਹ ਜ਼ਰੂਰ ਇੱਥੇ ਪਏਗੀ ਹਨਾ ਪਰ ਸਾਨੂੰ ਦੋਨਾਂ ਨੂੰ ਇੰਨੀ ਸੀ ਕਿ ਇੱਕ ਵਾਰ ਉਹਨਾਂ ਦਾ ਆਈ ਕੰਟੈਕਟ ਹੋ ਜੇ ਤੇ ਇੱਕ ਹਲਕੀ ਜੀ ਸਾਨੂੰ ਸਮਾਈਲ ਦੇ ਦੇਣ ਸਾਡੇ ਲਈ ਤਾਂ ਉਹੀ ਮੋਰ ਦੇ ਹਾਂਜੀ ਤੇ ਪਰ ਮੈਂ ਇਹਨੂੰ ਹੌਲੀ ਹੌਲੀ ਅੱਗੇ ਮਤਲਬ ਭੇਜ ਦਿੱਤਾ ਬਿਲਕੁਲ ਹੀ ਫਰੰਟ ਤੇ ਖੜ ਗਿਆ ਜਾ ਕੇ ਤੇ ਮੈਂ ਪਿੱਛੇ ਸੀ ਥੋੜਾ ਜਿਹਾ ਮਤਲਬ ਭਾਜੀ ਨੇ ਇਹ ਫਲਾਵਰਸ ਲੈ ਕੇ ਗਏ ਅਸੀਂ ਉਹ ਵੀ ਐਕਸੈਪਟ ਕਰ ਲਿੱਤੇ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਮੱਥੇ ਦੇ ਨਾਲ ਲਾ ਕੇ ਉਹ ਵੀ ਲੈ ਲਿੱਤੇ ਹਨਾ ਪਹਿਲਾਂ ਸਾਨੂੰ ਇਹ ਸੀ ਪਤਾ ਨੀ ਉਹ ਐਕਸੈਪਟ ਕਰਨਗੇ ਵੀ ਕਿ ਨਹੀਂ ਤੇ ਸਾਡੇ ਲਈ ਤਾਂ ਫਿਰ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿ ਯੈਸ ਉਹਨਾਂ ਨੇ ਫੁੱਲ ਵੀ ਲੈ ਲਏ ਤੇ ਫਿਰ ਇਹਨੂੰ ਆਪਣੇ ਗਲਵਸ ਤੇ ਵੈਸਟ ਵੀ ਦੇ ਦਿੱਤੀ ਉਦੋਂ ਵੀ ਮੈਂ ਦੂਰ ਸੀ ਇਤੋਂ ਥੋੜਾ ਜਿਹਾ ਡਿਸਟੈਂਸ ਸੀ ਕਿਉਂਕਿ ਮੇਰੀ ਬੇਟੀ ਪਿੱਛੇ ਖੜੀ ਹੋਈ ਸੀ ਮਤਲਬ ਮੇਰਾ ਉਹਦੇ ਵੱਲ ਵੀ ਧਿਆਨ ਸੀ ਕਿ ਉਹ ਇਕੱਲੀ ਨਾ ਰਹਿ ਜੇ ਤੇ ਉਹ ਮੂਵਮੈਂਟਸ ਮੈਥੋਂ ਕੈਪਚਰ ਨਹੀਂ ਹੋਈਆਂ ਮਤਲਬ ਬਾਅਦ ਚ ਲੋਕਾਂ ਨੇ ਸਾਨੂੰ ਵੀਡੀਓ ਸੈਂਡ ਕੀਤੀਆਂ ਓਕੇ ਹਾਂਜੀ ਤੇ ਉਹ ਮਤਲਬ ਉਦੋਂ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਦਾਂ ਐਕਸਪ੍ਰੈਸ ਕਰੀਏ ਹਨਾ ਇੱਕ ਤਖਤੀ ਵੀ ਸੀ ਇਹਨਾਂ ਦੇ ਹੱਥ ਦੇ ਵਿੱਚ ਐਸ਼ਮਨ ਦੇ ਹੱਥ ਦੇ ਵਿੱਚ ਜਿਸ ਦੇ ਉੱਤੇ ਐਸ਼ਮਨ ਸਿੱਧੂ ਵੀ ਲਿਖਿਆ ਹੋਇਆ ਸੀ ਜੈਸਮਨ ਸਿੱਧੂ ਵੀ ਲਿਖਿਆ ਹੋਇਆ ਸੀਗਾ ਉਹ ਤਖਤੀ ਦਾ ਕੀ ਸੀਗਾ ਉਸ ਦੇ ਵਿੱਚ ਹਾਂਜੀ ਉਹ ਸਾਡੀਆਂ ਨਾ ਤਿਆਰੀਆਂ ਏਦਾਂ ਚੱਲ ਰਹੀਆਂ ਸੀਗੀਆਂ ਸ਼ੋਅ ਨੂੰ ਲੈ ਕੇ ਕਿ ਇੰਨੇ ਜ਼ਿਆਦਾ ਐਕਸਾਈਟਡ ਸੀ ਇੱਕ ਰਾਤ ਪਹਿਲਾਂ ਤੇ ਇੰਨੀ ਸਾਨੂੰ ਖੁਸ਼ੀ ਸੀ ਅਸੀਂ ਸੁੱਤੇ ਨਹੀਂ ਮਤਲਬ ਬੱਚਿਆਂ ਨੇ ਟੀ ਸ਼ਰਟਸ ਵੀ ਇਹਨਾਂ ਨੂੰ ਮੈਂ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਹਨਾ ਮੰਗਵਾ ਕੇ ਦਿੱਤੀਆਂ ਉਹ ਹੈਂਡ ਇਹਨਾਂ ਨੇ ਬੋਰਡ ਬਣਾਏ ਉਹ ਬੋਰਡ ਦੋ ਇਹਨਾਂ ਨੇ ਲਿਖਿਆ ਹੋਇਆ ਸੀਗਾ ਅਸੀਂ ਦੋਸਾਂਝਾਂ ਵਾਲਾ ਸਭ ਤੋਂ ਅੱਗੇ ਮੈਲਬੋਰਨ ਦੇ ਕੰਗਾਰੂ ਵੀ ਨੱਚੇ ਤੇ ਉਹ ਨੀਚੇ ਦੋਨਾਂ ਭੈਣ ਭਰਾਵਾਂ ਦਾ ਨਾਮ ਲਿਖਿਆ ਹੋਇਆ ਸੀ ਉਹ ਰਾਤ ਨੂੰ ਇਹਨਾਂ ਨੇ ਪ੍ਰਿਪੇਅਰ ਕੀਤੇ ਫਿਰ ਇਹਦਾ ਇੰਡੀਆ ਤੋਂ ਮੈਂ ਇਹਦੀਆਂ ਦੋ ਡਰੈਸਿਸ ਮੰਗਵਾਈਆਂ ਸੀ ਬਲੈਕ ਕੁੜਤਾ ਚਾਦਰਾ ਤੇ ਵਾਈਟ ਤੇ ਪਤਾ ਨੀ ਸਾਨੂੰ ਦੋਨਾਂ ਨੂੰ ਇਹ ਲੱਗਿਆ ਕਿ ਕੱਲ ਨੂੰ ਭਾਜੀ ਨੇ ਵਾਈਟ ਪਾ ਕੇ ਆਉਣਾ ਪਤਾ ਨੀ ਇਹ ਇੰਨਾ ਰੀਅਲ ਕਨੈਕਸ਼ਨ ਐਸ਼ਮਨ ਵੱਲੋਂ ਸਮਝ ਲਓ ਆਈ ਡੋਂਟ ਨੋ ਕਿ ਸੱਚੀ ਇਹ ਇੰਨਾ ਕੱਟੜ ਫੈਨ ਆ ਇਹਨੂੰ ਮੈਂ ਇੱਕ ਵਾਰ ਪੁੱਛਿਆ ਕਿ ਵਾਈਟ ਪਾਉਣਾ ਜਾਂ ਬਲੈਕ ਹੀ ਸੈਡ ਵਾਈਟ ਮਤਲਬ ਉਸ ਦਿਨ ਲਿਖਿਆ ਹੋਇਆ ਸੀਗਾ ਵੀ ਮੇਲ ਹੋਣਾ ਮੇਲ ਵੀ ਇਸ ਤਰੀਕੇ ਨਾਲ ਹੋਏਗਾ ਕਿ ਦਲਜੀਤ ਦੇ ਵੀ ਉਹੀ ਡਰੈਸ ਅਪ ਪਾਇਆ ਹੋਏਗਾ ਤੇ ਐਸ਼ਮਾਨ ਦੇ ਵੀ ਮੈਨੂੰ ਕਿਤੇ ਨਾ ਕਿਤੇ ਸੀ ਕਿ ਇਹ ਨਾ ਹੋਵੇ ਕਿ ਦਲਜੀਤ ਭਾਜੀ ਬਲੈਕ ਬਲੈਕ ਪਾ ਕੇ ਆਣ ਹਨਾ ਤੇ ਜਦੋਂ ਮਤਲਬ ਭਾਜੀ ਦੀ ਐਂਟਰੀ ਹੋਈ ਤੇ ਜਦੋਂ ਸਾਨੂੰ ਵਾਈਟ ਪੱਗ ਦਿਖੀ ਇਹਨੇ ਮੇਰੇ ਵੱਲ ਵੇਖਿਆ ਮੇਰੇ ਵੱਲ ਵੀ ਸੈਡ ਯੈਸ ਕਿ ਹਾਂ ਹਨਾ ਮੈਚਿੰਗ ਵੀ ਹੋ ਗਈ ਵਾਈਟ ਪਾ ਕੇ ਆਏ ਨੇ ਤੇ ਤੁਸੀਂ ਇਹ ਸੋਚ ਲਓ ਕਿ ਸ਼ੋਅ ਦਾ ਟਾਈਮਿੰਗ 7:30 ਸੀਗਾ ਇੱਥੇ ਮੈਲਬਰਨ ਦਾ ਸ਼ਾਮ ਦਾ ਤੇ ਅਸੀਂ ਉੱਥੇ 2 ਵਜੇ ਚਲੇ ਗਏ ਸੀ ਇੰਨਾ ਜ਼ਿਆਦਾ ਇਹਨੂੰ ਸੀ ਕਿ ਉੱਥੇ ਕੋਈ ਵੀ ਨਹੀਂ ਸੀ ਵੈਨਿਊ ਤੇ ਇੰਨੇ ਘੰਟੇ ਇਹ ਕੁੜਤਾ ਚਾਦਰਾ ਪਾ ਕੇ ਮੀਂਹ ਪੈ ਰਿਹਾ ਸੀ ਬਾਹਰ ਕਾਫੀ ਠੰਡ ਸੀ ਇੰਨੇ ਘੰਟੇ ਨੇ ਵੇਟ ਕੀਤੀ ਤੇ ਉਹ ਮਤਲਬ ਸੱਚੇ ਦਿਲੋਂ ਇਹਦੀ ਸੀਗੀ ਹਨਾ ਖੁਆਇਸ਼ ਕਹਿ ਲਓ ਤੇ ਇਹਦੀ ਇਹਨੇ ਅਰਦਾਸ ਵੀ ਕੀਤੀ ਤੇ ਵਾਹਿਗੁਰੂ ਨੇ ਉਹ ਸੁਣ ਲਈ ਤੇ ਮਤਲਬ ਉਹ ਸਟਿਲ ਸਾਨੂੰ ਐਂ ਲੱਗ ਰਿਹਾ ਵੀ ਇੱਦਾਂ ਹੋ ਕਿਵੇਂ ਗਿਆ ਜਦੋਂ ਸਮਾਨ ਇਹਨੂੰ ਦੇ ਦਿੱਤਾ ਗਿਫਟ ਦੇ ਦਿੱਤੇ ਗੱਲਾਂ ਵੀ ਕਰ ਲਈਆਂ ਸਾਡੇ ਲਈ ਤਾਂ ਉਹੀ ਬਹੁਤ ਜ਼ਿਆਦਾ ਸੀ ਇੰਟਰਵਲ ਤੋਂ ਬਾਅਦ ਫੇਰ ਇਹ ਅੱਗੇ ਚਲਾ ਗਿਆ ਕਹਿੰਦਾ ਮੰਮਾ ਮੈਂ ਫੇਰ ਅੱਗੇ ਚਲਾ ਜਾਵਾਂ ਕਿਉਂਕਿ ਸਾਡੀ ਚੇਅਰਸ ਕਾਫੀ ਸੀਟਸ ਪਿੱਛੇ ਸੀਗੀਆਂ ਤੇ ਜਦੋਂ ਇਹ ਅੱਗੇ ਗਿਆ ਤੇ ਫੇਰ ਉਹਨਾਂ ਦਾ ਕੋਈ ਟੀਮ ਮੈਂਬਰ ਆ ਕੇ ਇਹਨੂੰ ਚੱਕ ਕੇ ਕਿਵੇਂ ਲੈ ਗਿਆ ਉਹ ਤੇ ਪਤਾ ਹੀ ਨਹੀਂ ਲੱਗਾ ਮੈਂ ਤੇ ਉਦੋਂ ਹੀ ਦੇਖਿਆ ਜਦੋਂ ਇਹ ਸਟੇਜ ਤੇ ਸਿੱਧਾ ਭੰਗੜਾ ਪਾਉਂਦਾ ਐਂਟਰ ਹੋਇਆ ਤੇ ਉਦੋਂ ਤੇ ਮਤਲਬ ਲਿਟਰਲੀ ਸਾਰਿਆਂ ਨੇ ਨਾ ਵੀ ਹੂਟਿੰਗ ਕੀਤੀ ਸਾਰਿਆਂ ਨੇ ਬਹੁਤ ਖੁਸ਼ੀ ਮੈਲਬਰਨ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਇਹਨੂੰ ਬਹੁਤ ਪਸੰਦ ਕੀਤੀ ਲੱਗ ਰਿਹਾ ਵੀ ਮੈਂ ਕਿੱਦਾਂ ਰਿਐਕਟ ਕਰਾਂ ਨਾ ਤੇ ਇੱਕ ਤੇ ਚਲਾ ਵੀ ਗਿਆ ਸਟੇਜ ਤੇ ਗੁੱਡ ਥਿੰਗ ਕਿ ਇਹ ਸਟੇਜ ਤੇ ਜਾ ਕੇ ਇਹਦੀ ਐਂਟਰੀ ਇੱਦਾਂ ਹੋਈ ਵੀ ਲਾਈਕ ਸਭ ਨੂੰ ਐਂ ਲੱਗ ਰਿਹਾ ਸੀ ਕਿ ਇਟ ਵਾਸ ਪਲੈਨਡ ਕਿ ਪ੍ਰਪੇਅਰਡ ਇੰਨਾ ਸੀ ਕਿ ਜਿਵੇਂ ਪਾਰਟ ਆਫ ਪਰਫਾਰਮੈਂਸ ਹੁੰਦਾ ਕੁਛ ਹਨਾ ਕਿ ਪਹਿਲਾਂ ਹੀ ਉੱਥੇ ਤਿਆਰ ਹੋਇਆ ਖੜਾ ਤੇ ਉਸ ਤਰੀਕੇ ਨਾਲ ਲੁਕਸ ਲਾਈਕ ਹਾਂ ਹਾਂਜੀ ਇੱਦਾਂ ਹੀ ਲੱਗ ਰਿਹਾ ਨਾ ਤੇ ਪਰ ਇੱਦਾਂ ਦਾ ਕੁਛ ਨਹੀਂ ਸੀਗਾ ਤੇ ਪਰ ਇਹਤੇ ਮੈਨੂੰ ਇੰਨਾ ਪ੍ਰਾਊਡ ਆ ਕਿ ਇਹਨੇ ਕਿੰਨੇ ਸੋਹਣੇ ਤਰੀਕੇ ਨਾਲ ਜਾ ਕੇ ਹੈਂਡਲ ਕੀਤਾ ਸਟੇਜ ਦੇ ਉੱਤੇ ਕਿੰਨਾ ਕੌਨਫੀਡੈਂਟ ਰਿਹਾ ਪਹਿਲੀ ਵਾਰ ਸੀਗਾ ਕਿ ਇੰਨੀ ਵੱਡੀ ਸਟੇਜ ਦੇ ਉੱਤੇ ਇੰਨੀ ਵੱਡੀ ਸਟੇਜ ਤੇ ਤਾਂ ਪਹਿਲੀ ਵਾਰ ਹੀ ਸੀ ਹਾਂਜੀ ਇੱਥੇ ਮੈਲਬਰਨ ਦੇ ਵਿੱਚ ਉਦਾਂ ਜਿਹੜੇ ਇਵੈਂਟਸ ਹੁੰਦੇ ਰਹਿੰਦੇ ਨੇ ਮੈਂ ਇਹਨਾਂ ਦੋਨਾਂ ਭੈਣ ਭਰਾਵਾਂ ਨੂੰ ਲੈ ਕੇ ਜਾਂਦੀ ਹਾਂ
ਤਾਂ ਕਿ ਇਹਨਾਂ ਦਾ ਕੌਨਫੀਡੈਂਸ ਬੂਸਟ ਹੋਵੇ ਤੇ ਕਲਚਰ ਨਾਲ ਜੁੜੇ ਹੋਏ ਨੇ, ਬਾਕੀ ਦੋਨਾਂ ਬੱਚਿਆਂ 'ਚ ਸ਼ੌਂਕ ਵੀ ਹੈਗਾ ਨਾ ਭੰਗੜਾ ਪਾਉਣ ਦਾ, ਤੇ ਜਾਂਦੇ ਰਹਿੰਦੇ ਆ। ਬਟ ਆਹ ਸਟੇਜ ਤਾਂ ਜਿਹੜੀ ਸੀਗੀ ਤੇ ਮੈਨੂੰ ਲੱਗਦਾ ਵੀ ਲਾਈਫ ਦਾ ਬੈਸਟ ਐਕਸਪੀਰੀਅੰਸ ਐਵਰ, ਤੇ ਐਡੀ ਵੱਡੀ ਸਟੇਜ ਤਾਂ ਕਦੇ ਹੋਈ ਨਹੀਂ, ਤੇ ਇਹ ਤੇ ਲਾਈਫ ਟਾਈਮ ਮੈਮਰੀ ਬਣ ਗਈ ਐਸ਼ਮਨ ਦੀ ਤੇ ਸਾਡੀ ਵੀ। ਐਸ਼ਮਨ, ਜੋ ਦਲਜੀਤ ਭਾਜੀ ਤੋਂ ਬਹੁਤ ਕੁਝ ਮਿਲਿਆ ਤੁਹਾਨੂੰ, ਉਹਨਾਂ ਨੂੰ ਫਿਰ ਫਰੇਮ ਕਰਾ ਕੇ ਰੱਖੋਗੇ ਵੀ ਇਹ ਚੀਜ਼ਾਂ ਫਰੇਮ ਕਰਾ ਕੇ ਰੱਖ ਲੈਣੀਆਂ ਨੇ? ਹਾਂਜੀ, ਮੈਂ ਫਰੇਮ ਕਰਾਉਣਾ ਸਾਰਾ ਕੁਝ ਤੇ ਫਿਰ ਆਪਣੇ ਬੈੱਡ ਦੇ ਪਿੱਛੇ ਲਾ ਕੇ ਰੱਖੂਗਾ। ਕੀ ਬਾਤ ਹੈ! ਅਰੇ ਇੱਕ ਇੱਕ ਗਿਫਟ ਪ੍ਰੋਪਰ ਫਰੇਮ ਕਰਾ ਕੇ ਬੈੱਡਰੂਮ ਦੇ ਵਿੱਚ ਆਪਣੀ ਬੈੱਡ ਦੀ ਬੈਕ ਸਾਈਡ ਤੇ ਰੱਖੀ, ਤੇ ਮਤਲਬ ਫੋਟੋਜ਼ ਵੀ ਕਹਿੰਦਾ ਮੇਰਾ ਸਾਰਾ ਰੂਮ ਭਰ ਦੋ ਜਿੰਨੀਆਂ ਫੋਟੋਜ਼ ਭਾਜੀ ਨੇ ਆਪਣੇ ਪੇਜ ਤੇ ਪਾਈਆਂ ਨੇ ਨਾ ਫਰੇਮ ਕਰਵਾ ਕੇ। ਤੇ ਬਟ ਇਹ ਗੁੱਡ ਥਿੰਗ ਇਹ ਹੈ ਕਿ ਮਤਲਬ ਇਹ ਉੱਥੇ ਜਾ ਕੇ ਆਇਆ, ਜੋ ਮੁਕਾਮ ਤੇ ਜਾ ਕੇ ਆਇਆ ਹਨਾ, ਉਹ ਸਾਡੇ ਤਾਂ ਬਹੁਤ ਵੱਡਾ ਤੇ, ਪਰ ਇਹਦੇ ਲਈ ਇੱਕ ਬਲੈਸਿੰਗਸ ਆ ਕੇ ਇਹਨੂੰ ਮੋਟੀਵੇਸ਼ਨ ਬਹੁਤ ਮਿਲੀ ਆ ਇਸ ਚੀਜ਼ ਤੋਂ, ਇਨਕਰੇਜਮੈਂਟ ਮਿਲੀ ਆ ਤੇ ਇਹਨੂੰ ਸਿੱਖਣ ਨੂੰ ਵੀ ਨਵੀਆਂ ਚੀਜ਼ਾਂ ਮਿਲੀਆਂ, ਤੇ ਹੁਣ ਇਹਦੀ ਰਿਸਪੋਂਸੀਬਿਲਟੀ ਵੀ ਪਹਿਲਾਂ ਨਾਲੋਂ ਵੱਧ ਗਈ। ਵੈਸੇ ਤਾਂ ਪਹਿਲਾਂ ਹੀ ਮਿਹਨਤ ਬਹੁਤ ਕਰਦਾ ਸੀ, ਪਰ ਹੁਣ ਜ਼ਿਆਦਾ ਕਰਨੀ ਪੈਣੀ ਆ। ਅਕਸਰ ਸੋਸ਼ਲ ਮੀਡੀਆ ਤੇ ਵੀ ਐਸ਼ਮਨ ਦੀਆਂ ਆਪਾਂ ਦੇਖਦੇ ਆ ਵੀਡੀਓ ਜਾਂ ਕੁਝ ਹੋਰ, ਪਹਿਲਾਂ ਵੀ ਆਪਣੀ ਕਿਉਂਕਿ ਇੱਕ ਸਮਾਂ ਹੁੰਦਾ ਹੈ ਹਰੇਕ ਚੀਜ਼ ਦਾ, ਵੀਡੀਓ ਵਗੈਰਾ ਪਾ ਰਹੇ ਸੀਗੇ ਭੰਗੜੇ ਦੀਆਂ ਜਾਂ ਹੋਰ, ਹਨਾ, ਤੇ ਇੱਕੋਦਮ ਇਹ ਚੀਜ਼ ਹੋਈਆਂ, ਪਹਿਲਾਂ ਦਾ ਕੀ ਮਾਹੌਲ ਲੱਗਦਾ ਸੀਗਾ ਵੀ ਪਹਿਲਾਂ ਵੀ ਇੱਕ ਸਮਾਂ ਸੀਗਾ ਹੁਣ ਇੱਕੋਦਮ ਇਹ ਸਮਾਂ ਹੋ ਜਾਣਾ? ਹਾਂਜੀ, ਪਹਿਲਾਂ ਵੀ ਸਾਰੇ ਇੱਥੇ ਮੈਲਬੋਰਨ ਦੇ ਵਿੱਚ ਤਾਂ ਤਕਰੀਬਨ ਸਾਰੇ ਇਹਨਾਂ ਨੂੰ ਜਾਣਦੇ ਆ, ਦੋਨੇ ਭੈਣ ਭਰਾਵਾਂ ਨੂੰ, ਦੋਨੇ ਵੀਡੀਓਜ਼ ਆਪਣੀਆਂ ਬਣਾ ਕੇ ਹਨਾ ਅਪਲੋਡ ਕਰਦੇ ਰਹਿੰਦੇ ਨੇ, ਸਾਰੇ ਬਹੁਤ ਪਸੰਦ ਕਰਦੇ ਨੇ, ਪਰ ਇਸ ਤਰੀਕੇ ਨਾਲ ਕਦੇ ਕੋਈ ਇੱਦਾਂ ਵੀਡੀਓ ਵਾਇਰਲ ਹੋਈ ਨਹੀਂ, ਤੇ ਆ ਤੇ ਫਸਟ ਟਾਈਮ ਹੀ ਆ, ਤੇ ਉਹ ਵੀ ਓਬਵੀਅਸਲੀ ਦਲਜੀਤ ਦੁਸਾਂਝ ਕਰਕੇ ਹੀ ਹੋਇਆ, ਐਡੀ ਸਟੇਜ ਤੇ ਗਿਆ ਤਾਂ ਕਰਕੇ ਸਾਰੀ ਦੁਨੀਆਂ ਤੱਕ ਉਹਦੀ ਵੀਡੀਓ ਪਹੁੰਚੀ ਆ, ਤੇ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਗ੍ਰੇਟਫੁਲ ਹਾਂ। ਮਤਲਬ ਸਟੇਜ ਤੇ ਬੁਲਾਉਣਾ ਪਰਫੋਰਮ ਕਰਨਾ ਉਹ ਤੇ ਵੱਖਰੀ ਗੱਲ ਹੈ ਹਨਾ, ਕੋਈ ਵੀ ਆਰਟਿਸਟ ਬੁਲਾ ਲੈਂਦਾ ਆਪਣੇ ਫੈਨ ਨੂੰ, ਪਰਫੋਰਮ ਵੀ ਕਰਵਾ ਲੈਂਦਾ, ਬਟ ਜਿਹੜੀ ਰਿਸਪੈਕਟ ਲਵ ਰਿਸਪੈਕਟ ਉਹਨਾਂ ਨੇ ਦਿਖਾਇਆ, ਉਹਨਾਂ ਨੇ ਇੰਨਾ ਰਿਗਾਰਡ ਕੀਤਾ, ਉਹ ਚੀਜ਼ ਤੇ ਮਤਲਬ ਕਹਿਣ ਸੁਣਨ ਤੋਂ ਪਰੇ ਆ, ਉਹ ਉਹ ਹਰ ਕਿਸੇ ਆਰਟਿਸਟ ਦੇ ਵੱਸ ਦੀ ਗੱਲ ਨਹੀਂ ਮੈਨੂੰ ਲੱਗਦਾ, ਕਿ ਵੈਰੀ ਕਾਇੰਡ ਹੈ ਨਾ, ਤੇ ਉਹ ਓਬਵੀਅਸਲੀ ਪਹਿਲਾਂ ਹੀ ਸਭ ਦੇ ਦਿਲਾਂ ਚ ਭਾਜੀ ਵੱਸਦੇ ਨੇ, ਸਾਰਿਆਂ ਨੂੰ ਪਤਾ ਹੀ ਆ ਕਿ ਉਹ ਕਿੰਨੇ ਗੁੱਡ ਹਿਊਮਨ ਬੀਂਗ ਨੇ, ਬਟ ਹੁਣ ਤੇ ਮਤਲਬ ਕੋਈ ਸ਼ਬਦ ਹੀ ਨਹੀਂ ਜੋ ਅਸੀਂ ਵੇਖਿਆ ਜਾਂ ਸਾਡੇ ਨਾਲ ਹੋਇਆ, ਕਿ ਇੰਨੀ ਰਿਸਪੈਕਟ ਇੱਕ ਆਪਣੇ ਫੈਨ ਨੂੰ ਦਿੱਤੀ ਉਹਨਾਂ ਨੇ। ਵਿਸ਼ਵਾਸ ਹੋ ਗਿਆ ਸੀ ਕਿ ਵੀ ਇਹ ਕੀ ਹੋ ਗਿਆ? ਹੁਣ ਤੱਕ ਵਿਸ਼ਵਾਸ ਨਹੀਂ ਹੋਇਆ। ਨਹੀਂ ਮਤਲਬ ਘਰ ਆ ਕੇ ਵੀ ਅਸੀਂ ਹਾਂਜੀ ਇਹ ਸੋਚਦੇ ਰਹੇ ਵੀ ਇਹ ਹੋ ਕਿੱਦਾਂ ਗਿਆ, ਵੀ ਲਾਈਕ ਹਰ ਮਤਲਬ ਹਿਊਮਨ ਨੇਚਰ ਆਪਾਂ ਨੂੰ ਕਿੰਨੀਆਂ ਐਕਸਪੈਕਟੇਸ਼ਨਸ ਹੁੰਦੀਆਂ ਹਨਾ, ਹਰ ਬੰਦਾ ਕੁਛ ਨਾ ਕੁਛ ਸੋਚ ਕੇ ਘਰੋਂ ਜਾਂਦਾ, ਪਰ ਜੋ ਅਸੀਂ ਮਤਲਬ ਇਹ ਪਹਿਲੀ ਵਾਰ ਹੋਇਆ ਵੀ ਜੋ ਤੁਸੀਂ ਮੰਗਿਆ ਤੁਹਾਨੂੰ ਸਟ੍ਰੇਟ ਵੀ ਮਿਲ ਗਿਆ, ਓਬਵੀਅਸਲੀ ਇਹ ਸੋਚ ਕੇ ਗਿਆ ਸੀ ਕਿ ਕਾਸ਼ ਭਾਜੀ ਮੇਰੇ ਵੱਲ ਇੱਕ ਵਾਰ ਵੇਖ ਲੈਣ, ਬਟ ਉਹ ਇੰਨਾ ਕੀ ਸੋਚਿਆ ਸੀ ਇਹਨੇ ਵੀ ਬਸ ਵੇਖ ਕੇ ਸਿਰਫ ਸਮਾਈਲ ਕਰ ਦੇਣ, ਪਰ ਇਹਨੂੰ ਤੇ ਮਤਲਬ ਬਾਬਾ ਜੀ ਨੇ ਇਹਦੀ ਤਾਂ ਝੋਲੀ ਭਰ ਦਿੱਤੀ ਸਟੇਜ ਤੇ। ਕੀ ਬਾਤ ਹੈ! ਐਸ਼ਮਨ, ਕੋਈ ਤੁਹਾਨੂੰ ਗਾਣਾ ਚੇਤੇ ਹੋਵੇ ਦਲਜੀਤ ਦਾ ਜਾਂ ਸੁਣਾਣਾ ਚਾਹੋ? ਹਾਂਜੀ, ਬੌਂਡ ਸ਼ਾਈਨ ਗਾ ਦਿੰਦਾਗਾ ਥੋੜਾ ਜਿਹਾ। ਕੋਈ ਇੱਕ ਗਾਣਾ ਸੁਣਾ ਦੋ ਉਹਨਾਂ ਦਾ। ਠੀਕ ਆ। ਸਾਂਝਾ ਦਾ ਨਾਮ ਦਿਲ ਉੱਤੇ ਲਿਖਿਆ, ਖਾਸਾ ਜ਼ੋਰ ਲੱਗ ਜੂ ਮੋਟਾਉਣ ਵਾਸਤੇ, ਪੈਸੇ ਪੂਸੇ ਬਾਰੇ ਵੱਲੋਂ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ, ਪੈਸੇ ਪੂਸੇ ਬਾਰੇ ਵੱਲੋਂ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ। ਕੀ ਬਾਤ ਹੈ! ਮਤਲਬ ਤੁਸੀਂ ਛਾ ਗਏ ਉਸ ਦਿਨ ਪੂਰੇ ਆਸਟ੍ਰੇਲੀਆ ਦੇ ਵਿੱਚ। ਤਾਂ ਬਹੁਤ ਸਾਰੀਆਂ ਦੁਆਵਾਂ ਸਾਡੇ ਵੱਲੋਂ ਵੀ ਇਸੇ ਤਰੀਕੇ ਨਾਲ ਤਰੱਕੀ ਕਰਦੇ ਰਹੋ। ਤਾਂ ਕੋਈ ਸੁਨੇਹਾ ਆਪਣੇ ਦੋਸਤ ਮਿੱਤਰਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਹੁਣ ਤੱਕ ਮਿਲਣਾ ਚਾਹੁੰਦੇ ਨੇ ਜਾਂ ਤੁਹਾਨੂੰ ਗੱਲ ਸੁਣਨਾ ਚਾਹੁੰਦੇ ਨੇ, ਕਿਉਂਕਿ ਇੰਟਰਵਿਊ ਰਾਹੀਂ ਤੁਸੀਂ ਸਭ ਤੱਕ ਪਹੁੰਚੋਗੇ, ਕੋਈ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਦਲਜੀਤ ਦੁਸਾਂਝ ਦਾ, ਕੋਈ ਗੱਲ ਪਹੁੰਚਾਉਣਾ ਚਾਹੋ ਉਹਨਾਂ ਤੱਕ? ਪੱਗ ਨੂੰ ਬਹੁਤ ਪਿਆਰ ਦਿਓ ਤੇ ਲਵ ਕਰੋ, ਤੇ ਮੈਂ ਤਾਂ ਬਸ ਦਲਜੀਤ ਭਾਜੀ ਦਾ ਥੈਂਕ ਯੂ ਹੀ ਨਹੀਂ ਕਰ ਸਕਦਾ ਕਿ ਮੈਨੂੰ ਇੰਨੀ ਵਧੀਆ ਮੌਕਾ ਦਿੱਤਾ ਗਾ, ਤੇ ਮੈਨੂੰ ਸਟੇਜ ਤੇ ਬੁਲਾਇਆ ਗਾ, ਮੈਨੂੰ ਹੱਗ ਕੀਤਾ ਤੇ ਮੈਨੂੰ ਗਿਫਟ ਵੀ ਦਿੱਤੇ ਆ, ਮੈਂ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹੁੰਦਾ ਉਹਨਾਂ ਦਾ। ਮੈਮ, ਤੁਹਾਡੇ ਤੋਂ ਵੀ ਸੁਨੇਹਾ ਲੈਣਾ ਚਾਹਾਂਗਾ, ਤੁਸੀਂ ਆਪਣੇ ਬੱਚੇ ਨੂੰ ਪੰਜਾਬੀ ਦੇ ਨਾਲ ਜੁੜਿਆ ਹੋਇਆ, ਮੈਂ ਸ਼ੁਰੂਆਤ ਦੇ ਵਿੱਚ ਵੀ ਇਹੀ ਗੱਲ ਕਹੀ ਸੀ ਕਿ ਪੰਜਾਬੀ ਤੋਂ ਵਿਸਰਨ ਨਹੀਂ ਦਿੱਤਾ, ਤੁਸੀਂ ਸੁਨੇਹਾ ਕੀ ਦਿਓਗੇ ਉਹਨਾਂ ਮਾਵਾਂ ਨੂੰ, ਉਹ ਬੱਚਿਆਂ ਨੂੰ ਜੋ ਅੱਜ ਕੱਲ੍ਹ ਕਈ ਵਾਰ ਅਜਿਹਾ ਮਾਹੌਲ ਹੁੰਦਾ ਕਿ ਵੀ ਆਪ ਹੀ ਕਰਦੇ ਰਹਿਣਗੇ ਜਾਂ ਹੁੰਦਾ ਰਹੇਗਾ, ਤੁਸੀਂ ਸਪੋਰਟਿਵ ਕਰਦੇ ਬੱਚਿਆਂ ਨੂੰ? ਜੀ,
देखो हर बच्चे च है ना अपनी अपनी डिफरेंट कैपेबिलिटी होंगी है। कोई बच्चा किसी चीज चंगा है, कोई किसी च, डज नॉट मैटर तुहाडे बच्चे का किसी भी चीज इंट्रस्ट आ, भावें स्पोर्ट्स आ, भावें एजुकेशन आ, भावें कोई इदां दी एक्टिविटी है। जिवें हुण ऐशमन दा मैनूं पता कि भंगड़े दे विच बहुत ज्यादा पैशन आ, बहुत मतलब इहनूं एक तरह ना कह लो कि जनून आ। सो जदों तुहानूं पता लगदा कि तुहाडे बच्चे का इस चीज इंट्रस्ट है, अपने बच्चे का मतलब साथ दो है ना, आउट ऑफ द वे जाके बहुत एफर्ट करने पैंदे ने। ਉਹ ਅਸੀਂ ਵੀ ਕਰਦੇ ਆ, ਸਾਰੇ ਪੇਰੈਂਟਸ ਹੀ ਕਰਦੇ ਨੇ ਤੇ ਕਰਨੇ ਵੀ ਚਾਹੀਦੇ ਨੇ ਆਪਣੇ ਬੱਚਿਆਂ ਲਈ। ਤੇ ਓਬਵੀਅਸਲੀ ਤੇ ਜੇ ਇਹ ਭੰਗੜੇ ਨਾਲ ਜੁੜਿਆ ਤਾਂ ਭੰਗੜਾ ਕਰਕੇ ਪੱਗ ਵੀ ਬੰਨਣ ਲੱਗਿਆ, ਭੰਗੜਾ ਕਰਕੇ ਹੀ ਇਹ ਪੰਜਾਬੀ ਗਾਣੇ ਸੁਣਨ ਲੱਗਿਆ। ਤੇ ਜੇ ਇਹਨੂੰ ਭੰਗੜਾ ਆਉਂਦਾ ਸੀ ਤਾਂ ਹੀ ਇੰਨੇ ਸੋਹਣੇ ਤਰੀਕੇ ਨਾਲ ਇਹਨੇ ਜਾ ਕੇ ਉੱਥੇ ਸਟੇਜ ਸੰਭਾਲੀ, ਇਹ ਵੀ ਸੋਚਣ ਵਾਲੀ ਗੱਲ ਆ। ਇਸ ਚੀਜ਼ ਦੇ ਵਿੱਚ ਇਹਦੇ ਕੋਚ ਗੁਰਸ਼ੇਰ ਸਿੰਘ ਹੀਲ ਦਾ ਵੀ ਬਹੁਤ ਵੱਡਾ ਹੱਥ ਆ ਕਿ ਉਹਤੋਂ ਵੀ ਇਹਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ। ਉਹ ਵੀ ਬਹੁਤ ਮਿਹਨਤ ਹਾਰਡ ਵਰਕ ਉਹਨਾਂ ਨੇ ਕੀਤਾ ਇੱਥੋਂ ਤੱਕ ਪਹੁੰਚਣ ਲਈ, ਤੇ ਇਹ ਇੰਨੇ ਸਾਲਾਂ ਤੋਂ ਉਹਨਾਂ ਨੂੰ ਵੀ ਵੇਖਦਾ ਆ ਹਨਾ ਕਿ ਕਿੱਦਾਂ ਹਾਰਡ ਵਰਕ ਕਰਕੇ ਸਟੈਪ ਬਾਏ ਸਟੈਪ ਅੱਗੇ ਜਾਣਾ। ਤੇ ਬਸ ਇਹੀ ਆ ਕਿ ਜੇ ਤੁਹਾਡੀ ਨੀਯਤ ਸੱਚੀ ਆ ਤੇ ਹਾਰਡ ਵਰਕ ਕਰਦੇ ਹੋ ਤੇ ਵਾਹਿਗੁਰੂ ਤੁਹਾਨੂੰ ਕਦੇ ਨਾ ਕਦੇ ਉਹਦਾ ਫਲ ਤਾਂ ਜ਼ਰੂਰ ਦਿੰਦਾ। ਜੀ ਬਹੁਤ ਸ਼ੁਕਰੀਆ ਮੈਮ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਥੈਂਕ ਯੂ ਸੋ ਮਚ। ਸਾਡੇ ਨਾਲ ਐਸ਼ਮਨ ਸਿੱਧੂ ਤੇ ਉਹਨਾਂ ਦੇ ਮਾਤਾ ਸੀਗੇ, ਗੱਲਬਾਤ ਕਰ ਰਹੇ ਸੀਗੇ। ਤਾਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਵਾਇਰਲ ਹੋਈਆਂ ਸੀਗੀਆਂ ਦਲਜੀਤ ਦੁਸਾਂਝਾਂ ਵਾਲੇ ਦੇ ਨਾਲ ਐਸ਼ਮਨ ਦੀਆਂ, ਕਿ ਇਹ ਮੁੰਡਾ ਕੌਣ ਹੈ, ਪਰ ਅਸੀਂ ਕੋਸ਼ਿਸ਼ ਕੀਤੀ ਕਿ ਉਸ ਫੈਮਿਲੀ ਦੇ ਨਾਲ, ਉਸ ਬੱਚੇ ਦੇ ਨਾਲ ਗੱਲਬਾਤ ਕੀਤੀ ਜਾਵੇ। ਤਾਂ ਉਹ ਫੈਮਿਲੀ ਬਹੁਤ ਖੁਸ਼ ਹੈ, ਉਹਨਾਂ ਨੂੰ ਕਹਿੰਦੇ ਸਾਨੂੰ ਉਦੋਂ ਤੱਕ ਵਿਸ਼ਵਾਸ ਨਹੀਂ ਹੋਇਆ ਕਿ ਕੀ ਹੋ ਗਿਆ। ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ। ਕੈਮ ਸਹਿਯੋਗ ਦੇ ਸੀ ਸ਼ਿਵਾ, ਧੰਨਵਾਦ।